ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਵਾਰ ਫਿਰ EVM ਚੈੱਕ ਹੋਣਗੀਆਂ। ਚੋਣ ਕਮਿਸ਼ਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਵਿੱਚ ਗੜਬੜੀ ਦੀ ਚਿੰਤਾ ਜਤਾਈ ਗਈ, ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ। ਹਾਰੇ ਹੋਏ ਕਾਂਗਰਸੀ ਉਮੀਦਵਾਰਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਫੈਸਲਾ ਕੀਤਾ ਗਿਆ ਕਿ ਇਹਨਾਂ ਦੋ ਥਾਵਾਂ 'ਤੇ EVM ਦੁਬਾਰੇ ਤੋਂ ਚੈੱਕ ਹੋਣਗੀਆਂ। ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਕਰਨਾਲ ਅਤੇ ਫਰੀਦਾਬਾਦ ਦੇ ਵਿੱਚ EVM ਮੁੜ ਤੋਂ ਚੈੱਕ ਹੋਣਗੀਆਂ। ਹਰਿਆਣਾ ਦੀਆਂ ਦੋ ਲੋਕ ਸਭਾ ਸੀਟਾਂ ਦੀਆਂ ਮਸ਼ੀਨਾਂ ਮੁੜ ਤੋਂ ਚੈੱਕ ਹੋਣਗੀਆਂ, ਵੋਟਾਂ ਗਿਣੀਆਂ ਜਾਣਗੀਆਂ। ਇੱਥੋਂ ਦੇ ਕਾਂਗਰਸੀ ਉਮੀਦਵਾਰਾਂ ਦੀ ਹਾਰ ਹੋਈ, ਜਿਨ੍ਹਾਂ ਦੇ ਵੱਲੋਂ ਗੜਬੜੀ ਦੇ ਇਲਜ਼ਾਮ ਲਗਾਏ ਗਏ। ਸ਼ਿਕਾਇਤ ਚੋਣ ਕਮਿਸ਼ਨ ਦੇ ਕੋਲ ਪਹੁੰਚ ਗਈ ਤਾਂ ਚੋਣ ਕਮਿਸ਼ਨ ਦੇ ਵੱਲੋਂ ਮੁੜ ਤੋਂ ਵੋਟਾਂ ਗਿਣਨ ਦਾ ਫੈਸਲਾ ਜਿਹੜਾ ਉਹ ਕੀਤਾ ਗਿਆ। ਕਾਂਗਰਸ ਦੇ ਦੋ ਉਮੀਦਵਾਰ ਜਿਨ੍ਹਾਂ ਦੀ ਫਰੀਦਾਬਾਦ ਅਤੇ ਕਰਨਾਲ ਦੇ ਵਿੱਚ ਹਾਰ ਹੋਈ, ਉਹਨਾਂ ਦੇ ਵੱਲੋਂ ਇਹ ਸ਼ੰਕਾ ਜਤਾਈ ਗਈ ਕਿ ਇਹਨਾਂ ਚੋਣਾਂ ਦੇ ਨਤੀਜਿਆਂ ਦੇ ਵਿੱਚ EVM ਦੇ ਵਿੱਚ ਗੜਬੜੀ ਸੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਫੈਸਲਾ ਲਿਆ ਗਿਆ ਤਾਂ ਇੱਕ ਵਾਰ ਫਿਰ ਤੋਂ EVM ਚੈੱਕ ਹੋਣਗੀਆਂ। ਕਾਂਗਰਸ ਦੇ ਇਹਨਾਂ ਉਮੀਦਵਾਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ, ਸ਼ਿਕਾਇਤ ਦਰਜ ਕਰਵਾਈ ਗਈ ਸੀ, ਤਾਂ ਹੁਣ ਚੋਣ ਕਮਿਸ਼ਨ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਨੇ ਕਿ ਕਰਨਾਲ ਅਤੇ ਫਰੀਦਾਬਾਦ ਦੇ ਵਿੱਚ EVM ਮੁੜ ਤੋਂ ਚੈੱਕ ਹੋਣਗੀਆਂ। ਔਰ ਇਹਨਾਂ ਦੋਵੇਂ ਸੀਟਾਂ ਤੋਂ ਭਾਜਪਾ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਸੀ, ਜਿਸ ਤੋਂ ਬਾਅਦ ਲਗਾਤਾਰ ਇਹ ਚਿੰਤਾ ਜ਼ਾਹਿਰ ਕੀਤੀ ਗਈ ਕਿ ਇੱਥੇ ਮੁੜ ਤੋਂ ਵੋਟਿੰਗ ਹੋਵੇ ਜਾਂ ਮੁੜ ਤੋਂ ਵੋਟਾਂ ਗਿਣੀਆਂ ਜਾਣ। ਤਾਂ ਹੁਣ ਚੋਣ ਕਮਿਸ਼ਨ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਕਰਨਾਲ ਅਤੇ ਫਰੀਦਾਬਾਦ ਦੇ ਵਿੱਚ ਜੋ ਵੋਟਿੰਗ ਹੋਈ ਉਹ ਮੁੜ ਤੋਂ ਉਹਨਾਂ ਦਾ ਨਿਰੀਖਣ ਕੀਤਾ ਜਾਵੇਗਾ, ਵੋਟਾਂ ਗਿਣੀਆਂ ਜਾਣਗੀਆਂ, ਕੁੱਲ ਮਿਲਾ ਕੇ ਇੱਥੇ EVM ਮਸ਼ੀਨਾਂ ਚੈੱਕ ਕੀਤੀਆਂ ਜਾਣਗੀਆਂ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਵਾਰ ਫਿਰ EVM ਚੈੱਕ ਹੋਣਗੀਆਂ। ਚੋਣ ਕਮਿਸ਼ਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਵਿੱਚ ਗੜਬੜੀ ਦੀ ਚਿੰਤਾ ਜਤਾਈ ਗਈ, ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਸ਼ਿਕਾਇਤਾਂ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ। ਹਾਰੇ ਹੋਏ ਕਾਂਗਰਸੀ ਉਮੀਦਵਾਰਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਫੈਸਲਾ ਕੀਤਾ ਗਿਆ ਕਿ ਇਹਨਾਂ ਦੋ ਥਾਵਾਂ 'ਤੇ EVM ਦੁਬਾਰੇ ਤੋਂ ਚੈੱਕ ਹੋਣਗੀਆਂ। ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਕਰਨਾਲ ਅਤੇ ਫਰੀਦਾਬਾਦ ਦੇ ਵਿੱਚ EVM ਮੁੜ ਤੋਂ ਚੈੱਕ ਹੋਣਗੀਆਂ। ਹਰਿਆਣਾ ਦੀਆਂ ਦੋ ਲੋਕ ਸਭਾ ਸੀਟਾਂ ਦੀਆਂ ਮਸ਼ੀਨਾਂ ਮੁੜ ਤੋਂ ਚੈੱਕ ਹੋਣਗੀਆਂ, ਵੋਟਾਂ ਗਿਣੀਆਂ ਜਾਣਗੀਆਂ। ਇੱਥੋਂ ਦੇ ਕਾਂਗਰਸੀ ਉਮੀਦਵਾਰਾਂ ਦੀ ਹਾਰ ਹੋਈ, ਜਿਨ੍ਹਾਂ ਦੇ ਵੱਲੋਂ ਗੜਬੜੀ ਦੇ ਇਲਜ਼ਾਮ ਲਗਾਏ ਗਏ। ਸ਼ਿਕਾਇਤ ਚੋਣ ਕਮਿਸ਼ਨ ਦੇ ਕੋਲ ਪਹੁੰਚ ਗਈ ਤਾਂ ਚੋਣ ਕਮਿਸ਼ਨ ਦੇ ਵੱਲੋਂ ਮੁੜ ਤੋਂ ਵੋਟਾਂ ਗਿਣਨ ਦਾ ਫੈਸਲਾ ਜਿਹੜਾ ਉਹ ਕੀਤਾ ਗਿਆ। ਕਾਂਗਰਸ ਦੇ ਦੋ ਉਮੀਦਵਾਰ ਜਿਨ੍ਹਾਂ ਦੀ ਫਰੀਦਾਬਾਦ ਅਤੇ ਕਰਨਾਲ ਦੇ ਵਿੱਚ ਹਾਰ ਹੋਈ, ਉਹਨਾਂ ਦੇ ਵੱਲੋਂ ਇਹ ਸ਼ੰਕਾ ਜਤਾਈ ਗਈ ਕਿ ਇਹਨਾਂ ਚੋਣਾਂ ਦੇ ਨਤੀਜਿਆਂ ਦੇ ਵਿੱਚ EVM ਦੇ ਵਿੱਚ ਗੜਬੜੀ ਸੀ, ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਫੈਸਲਾ ਲਿਆ ਗਿਆ ਤਾਂ ਇੱਕ ਵਾਰ ਫਿਰ ਤੋਂ EVM ਚੈੱਕ ਹੋਣਗੀਆਂ। ਕਾਂਗਰਸ ਦੇ ਇਹਨਾਂ ਉਮੀਦਵਾਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ, ਸ਼ਿਕਾਇਤ ਦਰਜ ਕਰਵਾਈ ਗਈ ਸੀ, ਤਾਂ ਹੁਣ ਚੋਣ ਕਮਿਸ਼ਨ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਨੇ ਕਿ ਕਰਨਾਲ ਅਤੇ ਫਰੀਦਾਬਾਦ ਦੇ ਵਿੱਚ EVM ਮੁੜ ਤੋਂ ਚੈੱਕ ਹੋਣਗੀਆਂ। ਔਰ ਇਹਨਾਂ ਦੋਵੇਂ ਸੀਟਾਂ ਤੋਂ ਭਾਜਪਾ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਸੀ, ਜਿਸ ਤੋਂ ਬਾਅਦ ਲਗਾਤਾਰ ਇਹ ਚਿੰਤਾ ਜ਼ਾਹਿਰ ਕੀਤੀ ਗਈ ਕਿ ਇੱਥੇ ਮੁੜ ਤੋਂ ਵੋਟਿੰਗ ਹੋਵੇ ਜਾਂ ਮੁੜ ਤੋਂ ਵੋਟਾਂ ਗਿਣੀਆਂ ਜਾਣ। ਤਾਂ ਹੁਣ ਚੋਣ ਕਮਿਸ਼ਨ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਕਰਨਾਲ ਅਤੇ ਫਰੀਦਾਬਾਦ ਦੇ ਵਿੱਚ ਜੋ ਵੋਟਿੰਗ ਹੋਈ ਉਹ ਮੁੜ ਤੋਂ ਉਹਨਾਂ ਦਾ ਨਿਰੀਖਣ ਕੀਤਾ ਜਾਵੇਗਾ, ਵੋਟਾਂ ਗਿਣੀਆਂ ਜਾਣਗੀਆਂ, ਕੁੱਲ ਮਿਲਾ ਕੇ ਇੱਥੇ EVM ਮਸ਼ੀਨਾਂ
ਚੈੱਕ ਕੀਤੀਆਂ ਜਾਣਗੀਆਂ।